ਅੱਜ ਇੱਕ ਸਾਡਾ ਸਾਥੀ ਨੌਜਵਾਨ ਜਿਸ ਨੌਜਵਾਨ ਦੀ ਰੀੜ ਦੇ ਹੱਡੀ ਜਿਹੜੀ ਕ੍ਰੈਕ ਹੋਈ ਹੋਈ ਹੈ ਉਹਦੇ ਲਈ ਅੱਜ ਤਰਜੀਤ ਭੁੱਲ ਵੱਲੋਂ 11,000 ਰੁਪਏ ਦਾ ਮਾਸਮਾਨ ਕੀਤਾ ਜਾਣਾ ਹੈ ਅਤੇ ਬੇਨਤੀ ਹੈ ਸੰਗਤ ਨੂੰ ਜਿਹੜੇ ਵੀਰ ਉਸ ਨੌਜਵਾਨ ਦੀ ਸਹਾਇਤਾ ਕਰਨਾ ਚਾਹੁੰਦੇ ਹੈ ਉਹ ਜ਼ਰੂਰ ਉਹਦਾ ਮਾਨ ਸਮਾਨ ਕਰਨ ਬੇਨਤੀ ਹੈ ਸਾਡੇ ਗੁਰੂ ਨਾਨਕ ਵੱਲੋਂ ਆਹ ਭਾਗੋ ਮਾਜਰੇ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਾਂ ਇੱਕ ਚੱਕਰ ਲਾ ਲੈਣਾ ਇੱਕ ਚੱਕਰ ਲਾ ਲੈਣਾ ਸੰਗਤ ਦੇ ਵਿੱਚ ਤਾਂ ਜੋ ਸੰਗਤ ਜਿਹੜਾ ਸਾਰਾ ਮਾਨ ਸਮਾਨ ਮਿਲ ਸਕੇ ਭਾਗੋ ਮਾਜਰੇ ਸਾਡੇ ਇੱਕ ਨੌਜਵਾਨ ਜਿਹਦੀ ਰੀੜ ਦੀ ਹੱਡੀ ਕ੍ਰੈਕ ਹੋਈ ਹੈ ਉਹਦਾ ਜਿੱਥੇ 11,000 ਰੁਪਏ ਨਾਲ ਤਰਜੀਤ ਤੇ ਭੁੱਲੂ ਉਹਨਾਂ ਦੇ ਕੋਲ ਮਾਨ ਸਮਾਨ ਹੈ ਗਰੀਬ ਪਰਿਵਾਰ ਦਾ ਸੰਬੰਧ ਰੱਖਦਾ ਸਾਡਾ ਵੀਰ 3,00,000 ਰੁਪਏ ਦਾ ਖਰਚਾ ਕਹਿੰਦੇ ਵੀ ਹਾਸਪਿਟਲ ਦਾ ਤੇ ਪੀਜੀ ਦੇ ਵਿੱਚ ਦਾਖਲ ਹੈ ਜਿਹਦੇ ਲਈ ਆਪਾਂ ਜ਼ਰੂਰ ਜਿੰਨਾ ਵੀ ਕਰ ਸਕਦੇ ਹੈ ਸਾਰਿਆਂ ਨੇ ਕਰਨਾ ਮਿਹਰਬਾਨੀ ਹੋਵੇਗੀ ਇਧਰ ਨੌਜਵਾਨ ਵੇਖੋ ਸਾਡੇ ਹੈਂਦੀ ਬਦਾਲੀ ਸੈਕਟਰ 83 ਦਾ ਨਸ਼ਕਰਿਓ ਦਾ ਚੌਕੀ ਦਾ ਧਾਰੀ ਆ ਗਿਆ ਬਦਾਵਾ ਤਾਂ ਕਰਨਾ ਗਿਆ ਗੁਰਸੇਵਕ ਸਿੰਘ ਪ੍ਰੇਮੀ ਕਬੱਡੀ ਪਾ ਰਹੇ ਹੈ ਉਹਦੇ ਪ੍ਰਗਟ ਕਹਿੰਦੇ ਵੀ ਬਲਾਮੀ ਵਾਲਾ ਨੰਬਰਦਾਰ ਤਰੋਚਰ ਸਿੰਘ ਆਪ ਉਹਨਾਂ ਦਾ ਪੁੱਤਰ ਹੈ ਆ ਨਾਲ ਕਹਿੰਦੇ ਵੀ ਜਿਹੜੇ ਸਾਡੇ ਬਿੱਲੂ ਦਾ ਹੋਣਾ ਸੁਣਦਾ ਹੈ ਆ ਜਿਸ ਨੌਜਵਾਨ ਦਾ ਕਰਵਾਈ ਦੇ ਕਬੱਡੀ ਕੱਪ ਦੇ ਕਹਿੰਦੇ ਵੀ ਸੋਨੇ ਦੀ ਮੁੰਦਰੀ ਦਾ ਮਾਨ ਸਮਾਨ ਕੀਤਾ ਜਾਣਾ ਹੈ ਇਧਰ ਫਕੀਰ ਹਰਿਆਣੇ ਵਾਲਾ ਇਹ ਹਰਿਆਣੇ ਵਾਲਾ ਫਕੀਰ ਭਾਈ ਕੇਵਲ ਉਹਨਾਂ ਦੇ ਅਦਾਲਤ ਦਰਸ਼ ਕਰਿਓ ਇਹ ਕਾਇਮ ਦੇ ਵਿੱਚ ਬਾਹਰ ਤੱਕ ਲਾ ਕੇ ਆਇਆ ਹੈ ਕਾਬਲੀ ਕਬੱਡੀ ਕਦਾਂ ਦੇ ਵਿੱਚ ਦਵਿੰਦਰ ਤਾਲਬਾਨ ਦੀ ਪਈ ਹੋਈ ਹੈ ਇਹ ਦਵਿੰਦਰ ਪਹਿਲਵਾਨ ਹੈ ਜਿਸ ਨੌਜਵਾਨ ਨੇ ਧਾਵਾ ਕਦਾਂ ਦੇ ਵਿੱਚ ਬੁਲਿਆ ਹੋਇਆ ਇਹ ਚਾਰ ਨੌਜਵਾਨ ਹਲਕੇ ਅੱਗੇ ਪਿੱਛੇ ਆ ਜਾ ਰਹੇ ਹੈ ਤਾਂ ਦੇਖੋ ਸਾਡੀ ਬਾਹੂ ਸੁਕਾਰ ਕਿਹੜੇ ਪਾਸੇ ਹੈ ਜਿਹੜੇ
ਇਹਨਾਂ ਦੇ ਬਾਤ ਬੜੇ ਯਤਨ ਨੇ, ਬਾਤ ਬੜੇ ਯੋਗਦਾਨ ਨੇ ਆਪਣੇ ਸੰਗਠਨ ਆਪਣੇ। ਹੈਲੋ ਹੈਲੋ, ਸੱਤਾ ਨਾ ਲਾ ਯਾਰ। ਉਧਰ ਬੇਨਤੀ ਹੈ ਵੀ ਜਿਸ ਨੌਜਵਾਨ ਨੇ ਪਹਿਲੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਨੌਜਵਾਨ ਜਿਸ ਪਰਿਵਾਰ ਦਾ ਨੌਜਵਾਨ ਹੈ ਜਿਸਦੇ ਲਈ ਧਰਤੀ ਤੋਂ ਵੱਲੋਂ 11,000 ਰੁਪਏ ਦੀ ਮਦਦ ਹੈ, ਤੇ ਕੁੱਝ ਸਾਡੇ ਜਿਹੜੇ ਸਾਥੀ ਨੌਜਵਾਨ ਨੇ ਉਹ ਰਲ ਮਿਲ ਕੇ ਸਰਕਤ ਦੇ ਕੋਲ ਇੱਕ ਚੱਕਰ ਲਾਉਣਗੇ। ਇਹ ਬੇਨਤੀ ਹੈ ਵੀ ਜ਼ਰੂਰ ਆਪਾਂ ਕੋਈ 20, 50, 5, 10 ਜਿੰਨਾ ਵੀ ਕਿਸੇ ਨੂੰ ਸਰਦਾ ਜ਼ਰੂਰ ਉਸ ਨੌਜਵਾਨ ਦੀ ਹੈਲਪ ਕੀਤੀ ਜਾਵੇ, ਮਿਹਰਬਾਨੀ ਹੋਵੇਗੀ। ਬਹੁਤ ਨਜ਼ਾਰੇਦਾਰ ਮੈਚ ਨੇ ਦਰਸ਼ਕ ਦੇ ਅੱਜ ਦੇ ਸਟੇਡ ਮਿਲੇ ਨੇ। ਇਸ ਮੈਚ ਤੋਂ ਬਾਅਦ ਦਰਸ਼ਕ ਪੂਰੇ ਜਿਵੇਂ ਕਹਿੰਦੇ ਵੀ ਸਿਰੇ ਦੀ ਜੰਗ ਸ਼ੁਰੂ ਹੋ ਜਾਣੀ ਹੈ। ਇਸ ਮੁਕਾਬਲੇ ਤੋਂ ਫਰਕ ਬਾਅਦ ਬਰਗਾਗੰਡ ਅਤੇ ਦਿੜਵਾ ਮੰਡੀ ਦੀਆਂ ਦੋਨੋਂ ਟੀਮਾਂ ਦੇ ਦਰਮਿਆਨ ਸਾਡਾ ਜਿਹੜਾ ਤੀਸਰੇ ਰਾਊਂਡ ਦਾ ਇੱਕ ਮੈਚ ਹੈ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ। ਸੋ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਮੈਦਾਨ ਦੇ ਵੱਲ ਪੁੱਜਣਗੇ ਬਰਗਾਗੰਡ ਅਤੇ ਦਿੜਵਾ ਮੰਡੀ ਦੇ ਦਰਮਿਆਨ ਤੀਸਰੇ ਰਾਊਂਡ ਦਾ ਇੱਕ ਮੈਚ ਹੈ, ਉਸ ਮੈਚ ਦਾ ਆਪਾਂ ਆਨੰਦ ਮਾਣਾਂਗੇ। ਉਹ ਤੋਂ ਬਾਅਦ ਸ਼ਿਕਾਰ ਬਾਦਸ਼ਾਹ ਦੇ ਸਰਕਲ ਸਾਹਿਬ ਮੰਡੀਆਂ ਦੇ ਬਦਲੂ ਇਹ ਵੀ ਟੀਮਾਂ ਦੇ ਖਿਡਾਰੀ ਜਿਹੜੇ ਵਾਰ ਵਾਰ ਆਪਣੇ ਆਪ ਤਿਆਰੀ ਦੇ ਵਿੱਚ ਰੱਖਣਗੇ। ਦੇਖੋ ਸਾਹਮਣੇ ਮਨਾਲੀ ਵਾਲਾ ਐਮਪੀ ਨੌਜਵਾਨ ਲਕਸ਼ਮੀ ਅਗਲੇ ਖੂਬਸੂਰਤ ਦਾ ਵਾਧਾ ਮੀਟਿੰਗ ਦੇ ਸ਼ਿਖਰ ਦਾ ਹੋਇਆ। ਜਿੱਥੇ ਤੁਹਾਡੀ ਜਾਣਕਾਰੀ ਦੇ ਤਾਂ 15 ਤਰੀਕ ਇਤਿਹਾਸ ਦੇ ਵਿੱਚ ਬਾਰਗੰਡਾ ਦਰਬਾਰ ਹੈ ਜੱਸਾ ਪਾਟੀ ਅਤੇ ਰੋਮਲਜੀਤ ਪਾਲਵਾਨ ਦੇ ਦਰਮਿਆਨ ਇਹ ਸੀਜ਼ਨ ਦੀ ਸਭ ਤੋਂ ਪਹਿਲੀ ਕੁਸ਼ਤੀ ਲੜੀ ਹੈ। 14-15-16 ਬੜਾਵੀਂ ਦਾ ਵੱਡੇ ਕਰਦਾ ਹੈ ਤੇ 15-16-17 ਤਰੀਕ ਜਿਹੜੀ ਉਹ ਨੋਟ ਕਰੋ ਜਿੱਥੇ ਕਹਿੰਦੇ ਵੀ 2000 ਤੱਕ ਕੱਢੀ ਕੱਢ ਦੀਆਂ ਚੀਕਾਂ ਨੇ। ਉਧਰ 20-21 ਚ ਇੱਕ ਮਾਲਕ ਮਿੰਟ ਦੱਸ ਰਹੇ ਹੋ 55,555 44,444 ਦੇ ਨਾਮ ਬਣਗੇ। 25 ਤਰੀਕ ਸੁਹਾੜ ਤੇ ਕੱਢੀ ਕੱਢਣੀ ਹੈ, 26 ਤਰੀਕ ਮਨਾਲੀ ਕਲਾਂ ਦੇ ਕੱਢੀ ਕਰਦਾ ਹੈ, 27 ਤਰੀਕ ਝੰਡੀਆਂ ਕਲਾਂ ਦੇ ਵਿੱਚ ਪਿੰਡ ਵਾਲ ਦੇ ਮੈਚ ਹੈ, 28 ਤਰੀਕ ਝੰਡੀਆਂ ਕਲਾਂ ਦੇ ਵਿੱਚ 8 ਪਿੰਡ ਦੀਆਂ ਮਿੰਟਣੀਆਂ। 2 ਦਸੰਬਰ ਕਰਾਲੀ ਸ਼ਹਿਰ ਦੇ ਵਿੱਚ ਡਾਕਟਰ ਹਰਸ਼ਮਿਤ ਰੋੜੀ ਜਗਦੀਪ ਲੰਗੀ ਹੋਣੀ ਖੇਡ ਮੇਲਾ ਕਰਵਾ ਰਹੇ ਹੈ, ਜਿੱਥੇ 55-41 2 ਮੋਟਰਸਾਈਕਲ ਹੈ। 4 ਤਰੀਕ ਦੂਜੇ ਬਾਜਰੇ ਦੇ ਵਿੱਚ ਦਰਸ਼ਕੋ 11,000 ਰੁਪਇਆ 10 ਵਿਕਟ ਤੇ 10 ਸਪੋਰਟ ਦਿੱਤਾ ਜਾਣਾ ਹੈ। 4-5-6 ਸੁਖਦੇਵ ਸਿੰਘ ਗਿੱਲ ਮਕੋਰੀਆ ਕੱਢੀ ਕਰਨੀਆਂ ਤਰੀਕਾਂ ਨੇ। 7 ਅਤੇ 8 ਦਸੰਬਰ ਦੇਸੂ ਬਾਜਰੇ ਦੇ ਵਿੱਚ 2 ਮੋਟਰਸਾਈਕਲ ਰੱਖੇ ਹੋਏ ਹੈ ਔਰ ਇਸ ਤਰ੍ਹਾਂ 9 ਤਰੀਕ ਕਰਾਲੀ ਸ਼ਹਿਰ ਦੇ ਵਿੱਚ ਦਰਸ਼ਕੋ ਜਿੱਥੇ ਕਹਿੰਦੇ ਵੀ 56,666 ਤੇ 55,555 ਦੇ ਨਾਮ ਹੋਣਗੇ। ਸਿੱਧੀ ਗਿੱਲ ਪ੍ਰਵੀਰ ਚਿੱਟਰ ਦਾ ਖੁੱਲ੍ਹਾ ਕਰਾਉਣਾ ਹੈ 10-11-12 ਤਰੀਕ ਸੁਹਾਣੇ ਦਾ ਕਬੱਡੀ ਕਰਦਾ 2 ਫੁੱਲ ਮੋਟਰਸਾਈਕਲ 78,551 18-24 ਦਸੰਬਰ ਦਾਤਾ ਦੇ ਕਬੱਡੀ ਕਰਨ ਦੀ ਲੀਗ ਹੈ 8 ਕਬੱਡੀ ਬਣ ਗਈ ਹੈ। ਉਧਰ ਲਾਗੀ ਸਾਡੇ ਲਈ ਦੇਸੋ ਮਾਜਰੇ ਵਾਲਾ ਜਿਹਨਾਂ ਵੱਲੋਂ ਜਿੱਥੇ 500 ਰੁਪਏ ਦੇ ਬਾਅਦ ਕੱਢੇ ਮਾਲ ਕੱਢੇ ਕੀਤੇ ਹੈ 2,000 ਰੁਪਏ ਜਿਹੜਾ ਜਿਸ ਨੌਜਵਾਨ ਦੀ ਐਡੀ ਕੈਬ ਹੋਈ ਹੈ ਉਹਦੇ ਲਈ ਵੀ ਲਾਡੀ ਨੇ ਜਿਹੜਾ 2,000 ਰੁਪਏ ਦਾ ਕੀਤਾ ਹੈ ਉਹਦੇ ਲਈ ਪਾਸੇ ਸਾਡੇ ਵੀਰ ਘੁੱਗ ਰਹੇ ਹੈ ਉਹਨਾਂ ਨੂੰ ਬਹੁਤ ਕਰ ਦਿਓ। ਲਾਡੀ ਸਾਡਾ ਵੀ ਦੇਸੋ ਮਾਜਰੇ ਵਾਲਾ ਫਿਰ ਜਾਣਕਾਰੀ ਦੇ ਰਿਹਾ ਹੈ 7 ਅਤੇ 8 ਦਸੰਬਰ 2 ਮੋਟਰਸਾਈਕਲ ਹੈ 48,000 ਤੇ 31,000 ਦੇ ਬਾਅਦ ਕੱਢੇ ਨਾਮ ਨੇ। 12 ਮੈਚ ਹੈ ਬਾਣੀ ਬਾਲਵਾਨ ਦੇ ਤੇ 15.5 ਮੈਚ ਹੈ ਬਦਾਮੀ ਦੇ। ਬਦਾਮੀ ਦੀ ਟੀਮ ਇਸ ਮੈਚ ਦੀ ਜਿੱਤ ਗਈ ਹੈ।